राजू पटाके पाई जांदा जे क्यों राजू की हाल चाल ने जी पटाके बंब बजाउण वास्ते हुंदे ने हाल चाल वधिया गा वधिया हाल है किन्ने सौदे कराते अज अज मैं कराते 10-12 लुट लिया फिर मेला पूरा लुटन क्या मंडी कि लुटन क्यों जी वजीर की हाल चाल ने वजीर है फकीर है वजीर है बदलदा बहुत है तू जवानो ना बदलिया ता नहीं अठ नू देख के चौड़ा हो गया ना ना जवान नहीं होया होर कठ च अपने छित्र भी लगते हुंदे ने गाउण वाला जद गलत रिकॉर्ड ला दे ना फिर मूत दियां थैलियां भर भर चपलियां टुटियां हुईयां किते ओ काम ना करा ली मैनू भी कटा दे चंबली जांदा है 11,000 नहीं मंगया ते ना साढ़े 11 मंगया नहीं ते मंगया जी हां आ भाग गया फिर हुण तू कहना 13,000 लेना मैं तू मेरे नाल ता ना ठगी मारा ठगी वाली गल ले मेरे नाल ता सही सूलां ते आ जा तू हां बोल दस कोई नहीं 1000 रुपए दे दे हुण ता 11 साढ़े मंगया ना 11.5 ने दऊंगा इहनां नूं लास्ट आख के ए ता भाई गलत है तू कहना फिर तू झूठा तू कहना 11.5 मंगे 11.5 लास्ट नु कहदे भेजे राजू 11.5 दोनों ने मंगे ना 12,000 मंग एक कच्चे रंग च है एक भूसले रंग च प्योर काली है नाग वर्गी तेरे वर्गी गोरी ਕੋਈ ਨਾ ਕਾਲੀ ਇਹ ਕਲ ਫਲਾ ਦਿਓ ਪੱਠਾ ਨਾ ਦੇਖਿਆ ਕਰੋ ਨਿਰੀਆਂ ਪੁਰੀਆਂ ਉਹਨਾਂ ਦੀ ਜਾਤ ਨਸਲ ਵੀ ਦੇਖਿਆ ਕਰੋ ਹਾਂ ਅੱਖ ਮੂੰਹ ਵੀ ਦੇਖਿਆ ਕਰੋ ਕੰਨ ਵੀ ਨਹੀਂ ਕੰਮ ਦੇ ਹੈਗੇ ਸਭ ਕੁਝ ਨਹੀਂ ਇਹਦਾ ਕੰਮ ਦਾ ਨਹੀਂ ਕੰਨ ਥੋੜੇ ਕੰਮ ਦਾ ਕਿਉਂ ਨਹੀਂ ਸਾਕ ਰਿਸ਼ਤਾ ਦੇਖਣ ਜਾਂਦੇ ਆ ਕੁੜੀ ਮੁੰਡੇ ਨੂੰ ਸਾਹਮਣੇ ਬਿਠਾਉਂਦੇ ਆ ਕਿਉਂ ਲਾਲਾ ਜੀ ਬਾਈ ਨੂੰ ਪਤਾ ਨਹੀਂ ਲਾਲਾ ਪਤਾ ਨਹੀਂ ਸੁਨਿਆਰਾਂ ਦਾ ਮੁੰਡਾ ਐ ਤਾਂ ਮੈਂ ਜਾਣਦਾ ਨਹੀਂ ਲਾਲਾ ਜੀ ਉਹ ਚੱਲ ਉਹਨਾਂ ਦੀ ਆਪਾਂ ਗੱਲਬਾਤ ਅੱਜ ਜ਼ਮਾਨਾ ਚੱਲਿਆ ਅੰਦਰ ਬੈਠ ਕੇ ਤਾਂ ਕਰਾਉਂਦੇ ਆ ਕੁੜੀ ਕਹਿੰਦੀ ਆ ਮੁੰਡੇ ਨੂੰ ਫਿੱਟਾਂ ਮੁੰਡਾ ਕਹਿੰਦਾ ਕੁੜੀ ਨੂੰ ਫਿੱਟਾਂ ਫਿੱਟੋ ਭਾਈ ਠੀਕ ਹੈ ਫਿਰ ਆਪਾਂ ਕੱਦ ਵੀ ਤਾਂ ਮਿਲਦੇ ਹਾਂ ਸਰਦਾਰ ਜੀ ਅੱਜ ਕੱਲ੍ਹ ਪਹਿਲਾਂ ਸਾਡੇ ਵਰਗੇ ਬੋਲੇ ਲੋਕ ਤੇ ਕੱਦ ਬਿੱਟ ਨਹੀਂ ਮਿਲਦੇ ਤੇ ਕੁੜੀ ਛੋਟੀ ਹੋ ਜਾਂਦੀ ਪ੍ਰਾਹੁਣਾ ਬੜਾ ਹੋ ਜਾਂਦਾ ਹੁਣ ਇਹਨਾਂ 'ਚੋਂ ਐਵੇਂ ਦੇਖ ਲੈ ਫਰਕ ਤਰਕ ਤਾਂ ਦੇਖ ਉਹ ਕੰਮ ਨਾ ਕਰ ਤੂੰ ਕੁੜੀ ਮੁੰਡੇ ਵਾਲਾ ਰਾਜੂ ਪਤਾ ਗੱਲ ਕੀ ਇਹਨਾਂ ਨੂੰ ਆਪਾਂ ਦੇਣ ਲੈਣ ਵਾਲੀ ਗੱਲ ਹੀ ਆਖੀ ਹੁਣ ਵੇਚਦੇ ਆ ਨਾ ਤਾਂ ਬੋਲੇ ਨੂੰ ਉਹਨੂੰ ਪਤਾ ਨਾ ਬੋਲੇ ਨੂੰ ਤੈਨੂੰ ਅੱਗੇ ਲੈ ਕੇ ਗਿਆ ਕਿੰਨੇ ਵਾਰੀ ਇਹਨੂੰ ਪਤੀ ਆ ਨਹੀਂ ਅੱਜ ਤੱਕ ਨਾ ਮੈਨੂੰ ਪਤਾ ਹੀ ਨਹੀਂ ਨਾ ਇਹਨੂੰ ਇੱਕ ਹੀ ਗੱਲ ਆਖੀ ਵੀ 11.5 ਦੀਆਂ ਲੈ ਜਾਣੇ ਨੇ ਵੀ ਵੇਚਣੇ ਨੇ ਫਿਰ ਮੈਂ ਵੇਚਦੇ ਆ ਵੇਚਦੇ ਕੋਈ ਨਾ ਮੇਰੀ ਇਮਾਨਦਾਰੀ ਨਾਲ ਵੇਚਦੇ ਆ ਵੇਚਦੇ ਦੱਸੇ 10,000 ਦੀਆਂ ਦੇਵੇਂਗਾ 10,000 ਚੱਕ ਸਾਈ ਪੂਰੇ ਹੀ ਲਾਤਾ ਓਏ ਸਿਰੇ ਹੀ ਲਾਤਾ ਪਕਾਈ ਸਿਰੇ ਹੀ ਲਾਤਾ ਦੇਗਾ ਕਿਉਂ ਲਾਲਾ ਜਮਾ ਸਹੀ ਆ ਵਜੀਰ ਲੈ ਲਾ ਹੁਣ ਤਾਂ ਸਹੀ ਆ ਵੀਰੇ ਸਹੀ ਆ ਹੁਣ ਓ ਗਰੀਬ ਐ ਮਰਵਾਉਣਾ ਨਹੀਂ ਹੋ ਠੀਕ ਆ ਮੈਨੂੰ ਪਤਾ ਆ ਪਤਾ 11 ਦੀਆਂ 12,000 ਹੀ ਲਾਤਾ ਦੇਣੇ ਜੀ ਮੈਂ ਕੋਕੇ ਹੀ ਲਾਉਣਾ ਹੁੰਦਾ ਵਿੱਚ ਦੇ ਚੁਟਕਲੇ ਵੀ ਸੁਣਾਉਣਾ ਹੁੰਦਾ ਬਸ ਦੁਬਾਹਣ ਲਾਇਆ ਦੇ ਕਰੇ ਨੇ ਲਾਤੇ ਲਾਤੇ ਹੁਣ ਕੀ ਲਾਵਾਂ ਬਸ ਦੁਬਾਹਣ ਲਾਉਂਦਾ ਬੁੜਾ ਤਾਂ ਪਹਿਲੀ ਵਿਚਾਰੀ ਦੀ ਨਿਗਾ ਘੱਟ ਹੈ ਆਪਰੇਸ਼ਨ ਵੀ ਕਰਾਉਣਾ ਅੱਖਾਂ ਦਾ ਤੇਰੀ ਮੈਂ ਮੋੜਦਾ ਨਹੀਂ ਠੀਕ ਆ 11.5 ਨੂੰ ਘੱਟਨੇ ਨਾਲ ਲਖਾਈ ਕਰਾ ਦੇਣਾ ਲੈ ਜਾਣਾ ਬਸ ਮੈਂ ਤੇਰੀ ਮੋੜਦਾ ਨਹੀਂ ਭਾਈ ਕੱਲ ਸੁਣ ਨਹੀਂ ਛੱਡ ਦੇ ਕੋਈ ਚੱਕਰ ਨਹੀਂ ਕਿੰਨੇ ਤੇ ਲਿਖਿਆ ਜੀ 10,000 ਰੁਪਏ ਲਾਉਂ ਲਖਾਈ ਕਰਾ ਦੇਣਾ ਮੇਰੀ ਮੋੜਦਾ ਨਹੀਂ ਇੱਕ ਗੱਲ ਸੱਚ ਹਾਂ ਮੈਂ ਇਹਦੀ ਮੋੜਦਾ ਨਹੀਂ ਤੇਰੀ ਇੱਕ ਗੱਲ ਦੱਸਾਂ
ਭੋਗ ਤਾਂ ਆਪਣੇ ਘਰੇ ਪਿਆ ਰੋਟੀ ਕੋਈ ਹੋਰ ਵਰਤਾਊ ਰੋਟੀ ਤਾਂ ਵਰਤਾਉਣੀ ਪਊ ਲੈ 11:30 ਦੇ ਦੇਣ ਮੈਂ ਤੇਰੇ ਹੱਥ ਨਾਲ ਦਾਨ ਕਰ ਸੌ ਰੁਪਇਆ ਤੂੰ ਦੇ ਸੌ ਦਿਓ ਤੁਸੀਂ ਪਿੱਛੋਂ ਆ ਕੇ ਮਾੜੀਆਂ ਮੋਟੀਆਂ ਗੱਲਾਂ ਤੇ ਨਾ ਵਿਚਲਿਆ ਕਰੋ ਫਿਰ 11 ਦੀ ਪੂਰਾ ਕਰ ਸਾਈ ਨਾ ਪੂਜਦਾ ਲੈ 11 ਦੀ ਪਾਲਾ ਫਿਰ ਨਾ ਬਸ ਹੋ ਗਈਆਂ ਪੂਰੀਆਂ ਦੱਸਦੀਆਂ ਖੋਲ ਖੋਲ ਤੰਨ ਮਾਰੂ ਮੈਂ ਥਾਪੜੇ ਹਾਂ ਪੱਠਾ ਦਿਖਾਓ ਪਿੱਛੇ ਨੂੰ ਹੋ ਕੇ ਬਾਈ ਵੀਡੀਓ ਬਣਾ ਲਓ ਬਣਾਉਣ ਨੂੰ ਲੋਟ ਨਹੀਂ ਆਉਂਦਾ ਚੌੜੇ ਹੋ ਜਾ ਯਾਰ ਗਾਣਾ ਕਰਦੇ ਹੋਏ ਲੋਟ ਨਹੀਂ ਆਉਂਦਾ ਇਹ ਉਹ ਚਾਲ ਇੱਜ਼ਤ ਕਰ ਖੋਸਾ ਬਾਈ ਖੋਸਾ ਆ ਆ ਆ ਖੋਸਾ ਬਾਪਾ ਜੀ ਮੋੜ ਹੀ ਨਹੀਂ ਕੋਈ ਖੋਸਾ ਮੇਰੀ ਮੋੜ ਦਾ ਕੋਈ ਵੀ ਨਹੀਂ ਮੰਡੀ 'ਚ ਵਜ਼ੀਰ ਬਾਈ ਖੋਸਾ ਸਿੱਧੇ ਮੱਥੇ ਸਿੱਧੇ ਲੋਕ ਲੈ ਨਹੀਂ ਸਕਦੇ ਇਦੋਂ ਪਹਿਲਾਂ ਕਿ ਕਿਉਂ ਜਾਣ ਬੰਦੇ ਹੁੰਦੇ ਨਾ ਮਾਰ ਖਾ ਜਾਂਦੇ ਨੇ ਵਿਚਾਰੇ ਆ ਬੰਦੇ ਇੱਥੇ ਖੜੀ ਸੀ ਨਾ ਸਾਨੂੰ ਪਕਾਈ ਕੋਈ ਕਰਕੇ 2 ਰੁਪਏ ਨਹੀਂ ਮਿਲਦੇ ਨੇ ਭਾਈ ਦੇਖਦੇ ਆ ਜੋ ਮੁੰਡਾ ਲੈਂਦਾ ਸੀ ਗਿਆਨੀ ਜਾ ਕਿ ਉਹ ਤੁਸੀਂ ਛੱਡ ਕੇ ਗਏ ਭਾਈ ਪਕਾਈ ਦਾ ਬੋੜਾ ਮੋਟਾ ਸੀ ਮੁੱਲ ਲੈਨੇ ਹੋਰ ਅਸੀਂ ਕਿਸੇ ਦੀ ਖੱਲ ਨਹੀਂ ਲਾਉਂਦੇ ਸਹੀ ਗੱਲ ਹੈ ਸੌਦੇ ਜੀ ਨੇ ਸਿੱਧੇ ਕਰਨੇ ਨੇ ਆਪ ਹੀ ਕਰ ਲਿਆ ਕਰੋ ਕੋਈ ਜ਼ਰੂਰੀ ਨਹੀਂ ਕੋਈ ਇਤਰਾਜ਼ ਨਹੀਂ ਸਾਨੂੰ ਸਹੀ ਗੱਲ ਹੈ ਸਾਨੂੰ ਤਾਂ 100-200 ਦੇ ਦੂ 100-200 ਉਹ ਦੇ ਦੂ ਕੋਈ ਵੱਡੀ ਗੱਲ ਨਹੀਂ ਨਹੀਂ ਦੇਊਗਾ ਤਾਂ ਸਾਨੂੰ ਕੋਈ ਗੁੱਸਾ ਵੀ ਨਹੀਂ ਕਿਉਂ ਜੀ ਦੇ ਦੂ ਤਾਂ ਵੀ ਉਹਦਾ ਭਲਾ ਤੇਰੀ ਮੋੜੀ ਨਹੀਂ ਦੇਖ ਨਾ 11:30 ਕੇ 11 ਇੱਥੇ ਦਿੰਦਾ ਸੀ ਕੋਈ ਮੈਨੂੰ ਮੈਂ ਤੇਰੀ ਮੋੜੀ ਨਹੀਂ ਕਸਮ ਲਾ ਲਾ ਕਿੱਡੀ ਮਰਜ਼ੀ ਉਹ ਬਸ ਉਹ ਤਾਂ ਮੁੰਡੇ ਦੇ ਪਸੰਦ ਆ ਗਈਆਂ ਵੀ ਚੱਲ ਕੋਈ ਨਹੀਂ ਬਾਬਾ ਕਿਉਂ ਮਰਵਾਉਣਾ ਵਿਚਾਰਾ ਨਾ ਫੜਾ ਦੇ ਜਿਆਦਾ ਨਹੀਂ ਦਿੰਦਾ ਘੱਟ ਹੋਏ ਮੈਨੂੰ ਦੇ ਦੀ ਵਾਧੋ ਹੀ 3 ਦੇ ਦੂ ਪੇਮੈਂਟ ਨਾ ਦਿਖਾ ਦੇ ਇੱਕ ਵਾਰ ਦਿਖਾ ਲਓ ਆ ਦਿਖਾ ਦੋ ਬਾਈ ਉਹ ਸਾਈ ਵਾਲਾ ਜੀ ਤੁਸੀਂ ਗਿਣਿਆ ਉਹ ਪੈਸੇ ਅਸੀਂ ਬੱਕਰੇ ਆ ਪੱਠਾਂ ਦਿਖਾਉਣੇ ਸਾਈ ਵਾਲਾ ਬਾਬੇ ਪਿੱਛੇ ਹੋ ਜਾ ਹਰ ਨਿਮਾੜੇ ਪਿੱਛੇ ਹੋ ਜਾ ਆ ਦੋ ਪੱਠਾਂ ਨੇ ਬਾਈ ਦੇਖ ਸਕਦੇ ਹੋਗੇ ਇੱਕ ਨਾਗਰੀ ਹੈਗੀ ਇੱਕ ਬਲੈਕ ਆ ਗਿਆ ਨਾ ਇਹ ਦੋ ਪੱਠਾਂ ਨੇ ਇਹਨਾਂ ਦਾ ਸੌਦਾ ਹੋ ਗਿਆ 10,000 ਰੁਪਈਆਂ ਦਾ 5,000 ਦੇ ਪੱਠਾ ਹੋ ਗਿਆ ਦੇਖ ਸਕਦੇ ਹੋਣਗੀਆਂ 3-4 ਮਹੀਨੇ ਦਾ 4-4 ਮਹੀਨੇ ਦੇ ਹੋਣਗੀਆਂ ਪੱਠਾ ਇਹ ਨਾ ਕਿਵੇਂ ਲੱਗਾ ਸੌਦਾ ਬਾਈ ਕਮੈਂਟ ਕਰਕੇ ਜ਼ਰੂਰ ਦੱਸਿਓ ਹੁਣ 10,000 ਪੈਦਾ ਹੋ ਗਿਆ ਲਿਖਾਈ ਕਰ ਲੈਣਗੇ ਪਤਾ ਨਹੀਂ ਠੀਕ ਹੈ ਜੀ ਲੌਂਗੋਵਾਲ ਮੰਡੀ 'ਤੇ ਖੜੇ ਸੀਗੇ 3-13 26 ਤਰੀਕ ਦੀ ਹੁੰਦੀ ਹੈ ਪਹੁੰਚਿਆ ਕੋ ਜ਼ਰੂਰ ਧੰਨਵਾਦ।